ਘਟਨਾ ਇਹੋ ਹੀ ਆ ਕਿ ਉਹ ਮੰਦਿਰ ਜਾਣ ਡੇ ਸੀ ਰੋਜ਼, ਉਹੀ ਜਿਹਨਾਂ ਦੇ ਮਤਲਬ ਐਕਸੀਡੈਂਟ ਹੋਏ ਆ, ਸਾਡੇ ਉੱਥੇ ਵਿਆਰਦੇ ਆ ਸਾਡੇ ਨਾਲ ਹੀ ਮਤਲਬ, ਅਤੇ ਅਸੀਂ ਤੋਂ ਕੰਮਾਂ 'ਤੇ ਕਾਰ 'ਤੇ ਹੁੰਦੇ ਹਾਂ, ਸਿੱਧੀ ਗੱਲ ਆਪਾਂ 7 ਵਜੇ ਕੰਮ ਤੋਂ ਆਉਂਦੇ ਹਾਂ। ਇਹਨਾਂ ਦੇ ਇਹਨਾਂ ਦੇ ਪਿਓ ਵੀ ਕੰਮ 'ਤੇ ਗਏ ਸੀ, ਕੋਈ ਨਹੀਂ ਸੀ ਇੱਥੇ, ਅਤੇ ਕਹਿੰਦੇ ਮੰਦਿਰ ਜਾਣ ਡਿਆ ਸੀ, ਅਤੇ ਆਪਾਂ ਖੁਦ ਮੈਂ ਵੇਖਿਆ ਨਹੀਂ ਹੈਗਾ, ਜੋ ਦੱਸਦੇ ਪਏ ਉਹ ਗੱਲ ਦੱਸਦਾ ਪਿਆ, ਮੰਦਿਰ ਜਾਣ ਡਿਆ ਸੀ ਅਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ, ਕਹਿੰਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਪਿਆ, ਕਹਿੰਦਾ ਬੱਚੇ ਨੂੰ ਜਾਂਚ ਸਿਖਾਉਣ ਡੇ। ਆਹ ਸੜਕ ਜਾਂਚ ਸਿਖਾਉਣ ਵਾਲੀ ਆ, ਇਹ ਮੈਨੂੰ ਦੱਸੋ ਕਿਲੇ ਗੱਡੀ ਜਿਹੜੀ ਲੈ ਗਈ ਆ, ਹੁਣ ਪੁਲਿਸ ਲੈ ਗਈ ਆ ਸਕਾਰਪੀਓ ਜੀ। ਹਾਂਜੀ, ਇਹ ਭਾਅ ਜੀ ਸਾਡੇ ਘਰ ਕਿਰਾਏ 'ਤੇ ਰਹਿੰਦੇ ਰੈਂਟ 'ਤੇ, ਅਤੇ ਇਹਨਾਂ ਦੇ 2 ਬੇਟੇ 1 ਬੇਟੀ ਆ, ਅਤੇ ਮੰਦਰੇ ਚੱਲੀ ਸੀ, ਉੱਥੇ ਜਾਂਦਿਆਂ ਗੱਡੀ ਕੋਈ ਬੱਚਾ ਕੱਢਣ ਡਿਆ ਸੀ ਆਪਣੇ, ਅਤੇ ਉਹ ਗੱਡੀ ਦੇ ਨਾਲ ਹੀ ਬੱਚਾ ਸਿਆ, ਇਹਨਾਂ ਦੇ ਬੇਟੇ ਛੋਟੇ ਸੀ, 4 ਕੁ ਸਾਲ ਦਾ, 4 ਕੁ ਸਾਲ ਦਾ, ਸਾਨੂੰ ਤਾਂ ਲੱਗਾ ਹੈ ਪਤਾ ਨਹੀਂ ਲੱਗਾ ਇਸ ਚੀਜ਼ ਉੱਤੇ ਬੈਠੇ ਹਨ, ਅਤੇ ਬਾਅਦ 'ਚ ਪਤਾ ਲੱਗਾ ਉਦੋਂ ਲੈ ਗਏ ਸੀਗੇ ਬੱਚੇ, ਬੜੀ ਉਹਨਾਂ ਨੇ ਕੀਤੀ ਉੱਦਾਂ ਹਵਾਸਤ ਮੁੰਡਿਆਂ ਨੇ ਲੈ ਗਏ ਸੀ ਉਸ। ਇਹਨਾਂ ਉਪਦੇਸ਼ ਕੁਮਾਰ ਉਰਫ ਮਿਸਤਰੀ ਇੱਥੇ ਰੈਂਟ 'ਤੇ ਰਹਿੰਦਾ, ਉਹਦੀ ਵਾਈਫ ਸੀਗੀ ਅਤੇ ਆਪਣੇ ਬੇਟੇ ਨੂੰ ਲੈ ਕੇ, 4 ਸਾਲ ਦਾ ਉਹਦਾ ਬੇਟਾ ਵਾ, ਉਹ ਮੰਦਰ ਚੱਲੇ ਸੀਗੇ, ਪਿੱਛੋਂ ਸਕੋਰਪੀਓ ਗੱਡੀ ਆਈ, ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ, ਉਹਦਾ ਬੇਟਾ ਸੀਰੀਅਸ ਸੀਗਾ ਜਿਹਨੂੰ ਅੰਮ੍ਰਿਤਸਰ ਲੈ ਕੇ ਗਏ, ਜਿਹਦੀ ਡੈਥ ਹੋ ਗਈ ਹੈ, ਅਤੇ ਵਾਈਫ ਉਹਦੀ ਦਾ ਗਿੱਟਾ ਫ੍ਰੈਕਚਰ ਹੋਇਆ ਅਤੇ ਸੋਨੀਆ ਅਤੇ ਉਹਦੇ ਵੀ ਸੱਟਾਂ ਲੱਗੀਆਂ ਨੇ। ਅਸੀਂ ਬਿਆਨ ਲਿਖ ਕੇ ਪਰਚਾ ਦੇ ਰਹੇ ਹਾਂ, ਅਗਲੀ ਕਾਰਵਾਈ ਕਰੀਏ। ਦੇਖੋ ਇਹ ਤਾਂ ਹੁਣ ਇਨਵੈਸਟੀਗੇਸ਼ਨ ਕਰਨ 'ਤੇ ਪਤਾ ਲੱਗੂਗਾ ਵੀ ਓਵਰ ਸਪੀਡ ਸੀਗਾ ਕਿੱਦਾਂ। ਨਹੀਂ, ਗੱਡੀ ਅਸੀਂ ਕਬਜ਼ੇ 'ਤੇ ਲੈ ਲਈ ਹੈ, ਗੱਡੀ ਮਿਲ ਗਈ ਹੈ ਸਾਨੂੰ, ਅਤੇ ਕਬਜ਼ੇ ਲੈ ਲਈ ਗਾਂ, ਇਨਵੈਸਟੀਗੇਸ਼ਨ ਕਰਾਂਗੇ।